ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਇੰਦਰ ਦੇਵਤਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਬਾਰੀ ਵਰੀ ਰਬ ਰੂੜੀ ਦੀ ਵੀ ਸੁਣ ਲੈਂਦਾ ਹੈ ਜਦੋਂ ਕਦੇ ਮਨੁੱਖ ਦੇ ਬਾਹਰੀ ਜੀਵਨ ਵਿੱਚ ਕਾਂ ਗਾਉਂਦੀ ਹੈ ਤਾਂ ਆਤਮਾ ਵਿੱਚੋਂ ਵੀ ਚਸ਼ਮੇ ਫੁੱਟ ਤੁਰਦੇ ਨੇ ਤੇ ਅਚਾਨਕ ਹੀ ਮਨੁੱਖੀ ਜੀਵਨ ਵਿੱਚ ਇਨਕਲਾਬੀ ਪਲਟਾ ਆ ਜਾਂਦਾ ਹੈ। ਅੰਮ੍ਰਿਤਸਰ ਦੇ ਇੱਕ ਸੰਤ ਅਤੇ ਇੱਕ ਨਾਚੀ ਦੀ ਗੱਲ ਕੋਈ ਬਹੁਤ ਪੁਰਾਣੀ ਨਹੀਂ। ਕਈਆਂ ਬਜ਼ੁਰਗਾਂ ਨੂੰ ਅਜੇ ਤੱਕ ਇਹ ਯਾਦ ਹੀ ਏ। ਇੱਕ ਦਿਨ ਵਿੱਚ ਹੀ ਸੰਤ ਦਾ ਨਾਂ ਤਾਂ ਮਿੱਟੀ ਵਿੱਚ ਮਿਲ ਗਿਆ ਪਰ ਉਸ ਨੱਚਣ ਵਾਲੀ ਕੁੜੀ ਦੀ ਕਿਸਮਤ ਚਮਕ ਪਈ। ਉਹਨਾਂ ਦੀ ਮੁਲਾਕਾਤ ਅਚਾਨਕ ਹੀ ਹੋਈ ਸੀ। ਉਹ ਆਪਣੇ ਘਰ ਦੀ ਬਾਲਕੋਨੀ ਵਿੱਚ ਬੈਠੀ ਆਉਂਦਿਆਂ ਜਾਣਦਿਆਂ ਨੂੰ ਤਾੜ ਰਹੀ ਸੀ ਸੰਤਾ ਨੇ ਉਸ ਨੂੰ ਏਠੋਂ ਹੀ ਦੇਖਿਆ ਅਤੇ ਉਹ ਅਚਾਨਕ ਹੀ ਤੰਗ ਜਈਆਂ ਪੌੜੀਆਂ ਰਾਹੀਂ ਬਾਲਕੋਨੀ ਵਿੱਚ ਜਾ ਪੁੱਜੇ ਉਹਨਾਂ ਉੱਪਰ ਜਾਂਦਿਆਂ ਹੀ ਕਿਹਾ ਮੇਰੇ ਨਾਲ ਆਓ ਤੇ ਉਹ ਉਹਨਾਂ ਦੇ ਮਗਰ ਤੁਰ ਪਈ ਆਪਣਾ ਸਭ ਕੁਝ ਛੱਡ ਛਡਾ ਕੇ ਆਪਣੇ ਸਾਜ਼ ਆਪਣਾ ਗਹਿਣਾ ਗੱਟਾ ਅਤੇ ਆਪਣੀਆਂ ਚਾਂਜਰਾਂ ਜਿਨ੍ਹਾਂ ਨਾਲ ਉਹ ਸੈਂਕੜੇ ਪਰ ਸੰਸਕਾਂ ਦਾ ਮਨ ਪਰਛਾਇਆ ਕਰਦੀ ਸੀ ਆਪਣੇ ਸਰੀਰ ਤੋਂ ਬਿਨਾਂ ਸਭ ਕੁਝ ਉਸ ਤਿਆਗ ਦਿੱਤਾ ਤੇ ਉਹ ਅੰਮ੍ਰਿਤਸਰ ਨੂੰ ਸਦਾ ਲਈ ਛੱਡ ਕੇ ਤੁਰ ਪਈ ਸਾਰਾ ਅੰਮ੍ਰਿਤਸਰ ਹੱਕਾ ਬਕਾ ਰਹਿ ਗਿਆ ਸੰਤਾਂ ਦੇ ਕਈ ਚੇਲੇ ਤਹਾ ਮਾਰ ਮਾਰ ਕੇ ਰੋਏ ਉਹ ਇਸ ਨੂੰ ਸੰਤਾਂ ਦੀ ਕਾਲੀ ਕਰਤੂਤ ਸਮਝਦੇ ਸਨ ਰੋ ਧੋ ਕੇ ਉਹਨਾਂ ਸੰਤਾਂ ਨੂੰ ਛੇਕ ਦਿੱਤਾ ਸੰਤਾਂ ਨੇ ਇਹਨਾਂ ਸਾਰੇ ਦੁਖੀ ਲੋਕਾਂ ਦੀ ਰੱਤੀ ਭਰ ਪਰਵਾਹ ਨਹੀਂ ਸੀ ਕੀਤੀ ਸੰਤਾਂ ਦੇ ਚੇਲੇ ਇੱਕ ਇੱਕ ਕਰਕੇ ਪਤਰਾਵਾਚ ਗਏ। ਇਹ ਸੁੰਦਰ ਸਰੂਪ ਸੰਤ ਆਪਣੇ ਰਾਹ ਤੇ ਅੱਗੇ ਵਧਦੇ ਗਏ ਅਤੇ ਉਹ ਤਵਾਇਫ ਉਹਨਾਂ ਦੇ ਪਿੱਛੇ ਸੀ। ਉਹਨਾਂ ਨੇ ਦੁਨੀਆ ਦੀਆਂ ਗੱਲਾਂ ਦੀ ਕੋਈ ਪਰਵਾਹ ਨਾ ਕੀਤੀ। ਦੂਸਰਾ ਇੱਕ ਪੁਸ਼ਤ ਭੀਤ ਗਈ। ਸੰਤ ਜੀ ਅੰਮ੍ਰਿਤਸਰ ਤੋਂ ਕਾਫੀ ਦੂਰ ਬਾਹਰ ਇੱਕ ਕਟੀਆਂ ਵਿੱਚ ਰਹਿੰਦੇ ਰਹੇ। ਉਹ ਖੁਸ਼ਕਿਸਮਤ ਔਰਤ ਅੰਮ੍ਰਿਤਸਰ ਵਾਪਸ ਆ ਗਈ। ਅਤੇ ਸ਼ਹਿਰ ਵਿੱਚ ਇੱਕ ਨਿੱਕੀ ਜਿਹੀ ਕੋਠਲੀ ਵਿੱਚ ਰਹਿਣ ਲੱਗ ਪਈ। ਉਸ ਨਵੇਂ ਆਈ ਔਰਤ ਨੂੰ ਕੋਈ ਨਹੀਂ ਸੀ ਜਾਣਦਾ ਕਿਉਂਕਿ ਉਹ ਬੁੱਢੀ ਹੋ ਗਈ ਸੀ। ਇਸ ਲਈ ਕਈ ਉਸ ਨੂੰ ਮਾਂ ਜੀ ਕਹਿੰਦੇ ਅਤੇ ਉਸ ਦੀ ਉਪਾਸ਼ਨਾ ਵੀ ਕਰਨ ਆਉਂਦੇ। ਉਹ ਸੰਤਾਂ ਤੋਂ ਇਸ ਤਰ੍ਹਾਂ ਪ੍ਰਕਾਸ਼ ਪ੍ਰਾਪਤ ਕਰ ਰਹੀ ਸੀ ਜਿਵੇਂ ਚੰਦਰਮਾ ਸੂਰਜ ਤੋਂ ਉਸ ਦੀ ਨਿੱਕੀ ਜਿਹੀ ਕੋਠੜੀ ਵਿੱਚ ਸ਼ਾਂਤੀ ਸੀ। ਉਹ ਤਨੋਂ ਮਨੋਂ ਅਰਦਾਸ ਵਿੱਚ ਜੁੜੀ ਰਹਿੰਦੀ। ਉਸ ਦੀਆਂ ਅੱਖਾਂ ਵਿੱਚ ਅਗੰਮੀ ਜੋਤ ਲਿਸ਼ਕਦੀ ਸੀ ਕਈ ਵਾਰੀ ਪਰਮਾਨੰਦੀ ਅਵਸਥਾ ਵਿੱਚ ਅੰਜੂ ਛਲਕ ਆਉਂਦੇ ਉਹ ਅਕਾਲ ਪੁਰਖ ਨਾਲ ਇੱਕਮਿਕ ਹੋ ਗਈ ਸੀ ਉਹ ਇੱਕ ਵਿਰਕਤ ਜੀਵਨ ਜੀਉ ਰਹੀ ਸੀ ਤੀਸਰਾ ਉਹਨਾਂ ਦਿਨਾਂ ਵਿੱਚ ਇੱਕ ਵਾਰੀ ਮੀਂਹ ਨਾ ਪੈਣ ਕਰਕੇ ਅੰਮ੍ਰਿਤਸਰ ਦੇ ਲੋਕ ਬਹੁਤ ਦੁਖੀ ਹੋਏ ਭੁੱਖ ਤੇ ਬਿਮਾਰੀ ਨਾਲ ਲੋਕ ਘਰਾ ਰਹੇ ਸਨ ਅਤੇ ਮੀਂਹ ਲਈ ਲੱਖ ਲੱਖ ਅਰਜ਼ੂਆਂ ਕਰ ਰਹੇ ਸਨ ਸੰਤ ਮਹਾਤਮਾ ਯੋਗੀ ਆਦਮੀ ਅਤੇ ਔਰਤਾਂ ਅਰਦਾਸਾਂ ਕਰਦੇ ਪਰ ਉਹਨਾਂ ਦੀਆਂ ਝੋਲੀਆਂ ਅੱਡੀਆਂ ਹੀ ਰਹਿ ਜਾਂਦੀਆਂ ਇਸ ਤਰ੍ਹਾਂ ਜਾਪਦਾ ਸੀ ਕਿ ਉਹਨਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਸੀ ਉਸ ਸੰਤ ਨੂੰ ਜਾਣਨ ਵਾਲੇ ਕੁਝ ਪੁਰਾਣੇ ਬਜ਼ੁਰਗਾਂ ਨੇ ਆਪਸ ਵਿੱਚ ਸਲਾਹ ਕਰਕੇ ਫੈਸਲਾ ਕੀਤਾ ਕਿ ਸ਼ਹਿਰ ਦੇ ਮੁਖੀ ਇਕੱਠੇ ਹੋ ਕੇ ਸੰਤਾਕੁਲ ਜਾਣ ਜਾ ਕੇ ਮਾਫੀ ਮੰਗਣ ਤੇ ਦਇਆ ਲਈ ਅਰਜ਼ੋਈ ਕਰਨ ਆਮ ਲੋਕਾਂ ਦਾ ਵਿਸ਼ਵਾਸ ਸੀ ਕਿ ਉਹ ਸੰਤ ਮੀ ਪਵਾ ਕੇ ਧਰਤੀ ਦੀ ਪਿਆਸ बुझाਉਣ ਦੇ ਸਮਰੱਥ ਸਨ ਇਸ ਤਰ੍ਹਾਂ ਸ਼ਹਿਰ ਦੇ ਕੁਝ ਚੋਣਵੇਂ ਆਦਮੀ ਇਕੱਠੇ ਹੋ ਕੇ ਸੰਤਾਂ ਦੇ ਦਰਸ਼ਨਾਂ ਨੂੰ ਗਏ ਉਹਨਾਂ ਨੇਗਾਉਪੁਰ ਕੀਤੀ ਉਹਨਾਂ ਦੇ ਦੁੱਧ ਚਿੱਟੇ ਪਰਵਟਿਆਂ ਹੇਠ ਲਾਲ ਸੂਈਆਂ ਅੱਖਾਂ ਦਗ ਰਹੀਆਂ ਸਨ ਉਹਨਾਂ ਨੇ ਆਪਣੇ ਲੰਮੇ ਚਿੱਟੇ ਵਾਲ ਪਛਾਣ ਨੂੰ ਸੁਟੇ ਹੋਏ ਸਨ ਉਹਨਾਂ ਦੀ ਦਾੜੀ ਪਿਗਲੀ ਚਾਂਦੀ ਦੇ ਝਰਨੇ ਦੀ ਤਰ੍ਹਾਂ ਪਲਮ ਰਹੀ ਸੀ ਉਹਨਾਂ ਦਾ ਚਿਹਰਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਬਰਫ਼ ਵਿੱਚ ਲਾਲ ਦब्बे ਹੋਣ ਕਿਵੇਂ ਆਮੜੇ ਹੋਏ ਸਜਣੋ ਸੰਤਾ ਨੇ ਕਿਹਾ ਮਾਫ ਕਰੋ ਸਾਨੂੰ ਪਾਪੀਆਂ ਨੂੰ ਬਖਸ਼ ਦਿਓ ਅਤੇ ਮੀਂਹ ਵਰਹਾਓ ਤੁਹਾਡੇ ਵਿੱਚ ਸ਼ਕਤੀ ਹੈ ਬਦਲਾਂ 'ਚੋਂ ਮੀਂਹ ਦੀ ਛੇਬਰ ਲਾ ਦਿਓ ਸਾਨੂੰ ਗੱਜ ਕਰ ਦਿਓ ਅਸੀਂ ਤੁਹਾਡੇ ਦੁਆਰੇ ਤੋਂ ਖਾਲੀ ਨਹੀਂ ਜਾਣਾ ਮਹਾਪੁਰਖੋ ਮੁੜ ਜਾਓ ਆਪਣੇ ਸ਼ਹਿਰ ਮੁੜ ਜਾਓ ਉੱਥੇ ਹੁਣ ਇੱਕ ਬੁੱਢੀ ਔਰਤ ਰਹਿੰਦੀ ਏ ਇੱਕ ਕਿਰਨਤ ਔਰਤ ਉਹ ਤੁਹਾਡੇ ਲਈ ਮੀਂਹ ਵਰਾ ਸਕਦੀ ਏ ਬਦਲ ਉਸਦੀ ਅਰਦਲ ਵਿੱਚ ਨਹੀਂ ਮੇਰੀ ਨਹੀਂ ਜਾਓ ਮੁੜ ਜਾਓ ਸੰਤਾ ਨੇ ਕਿਹਾ ਚੌਥਾ ਇਸ ਤਰ੍ਹਾਂ ਇਹ ਬੁੱਢੀ ਔਰਤ ਕਈ ਵarre ਬੜੀ ਸਾਦਗੀ ਨਾਲ ਰਹਿੰਦੀ ਰਹੀ ਕਿ ਕੋਈ ਘਾਟੀ ਇਸ ਨੂੰ ਮਿਲਣਾ ਆਉਂਦਾ ਪਰ ਜਿਹੜੇ ਉਸ ਨੂੰ ਜਾਣਦੇ ਸਨ ਉਸ ਦੀ ਮੁਸਕਰਾਹਟ ਵਿੱਚ ਸ਼ਾਂਤੀ ਅਨੁਭਵ ਕਰਦੇ ਸਨ ਉਸ ਦੀ ਇੱਕ ਨਜ਼ਰ ਵਿੱਚ ਦੌਲਤਾਂ ਸਨ ਉਸ ਦਾ ਪਰਛਾਵਾਂ ਮਿਲਣਾ ਧਨ ਭਾਗ ਸਨ ਉਹ ਮਨੁੱਖੀ ਜਾਮੇ ਵਿੱਚ ਇੱਕ ਅੰਮ੍ਰਿਤ ਕੁੰਡ ਸੀ ਉਸ ਵਿੱਚੋਂ ਖੁਸ਼ੀਆਂ ਦੀਆਂ ਹਜ਼ਾਰਾਂ ਨਦੀਆਂ ਫੁੱਟਦੀਆਂ ਸਨ ਉਹ ਅਕਾਲ ਪੁਰਖ ਨਾਲ ਇੱਕ ਮਿਕਸ ਸੀ ਉਹ ਖੁਦ ਕੁਦਰਤ ਸੀ ਉਸ ਦੇ ਬੋਲ ਸਵਾਹਿਗੁਰੂ ਦੇ ਨਾਮ ਨਾਲ ਫਰਕਦੇ ਰਹਿੰਦੇ ਉਹ ਸਮਾਦੀ ਵਿੱਚ ਰਹਿੰਦੀ ਉਸ ਦੀ ਜ਼ਬਾਨ ਤੇ ਸਰਸਵਤੀ ਸੀ ਕੋਈ ਕੀ ਜਾਣੇ ਉਹ ਕੀ ਸੀ ਸ਼ਹਿਰ ਦੇ ਮੁਖੀ ਜਦੋਂ ਉਸ ਦੀ ਛੰਨ ਤੇ ਪੁੱਜੇ ਤਾਂ ਉਹ ਕੰਬਦੀ ਹੋਈ ਅੱਗੇ ਆਈ ਉਹ ਡਰ ਸ਼ਰਮ ਤੇ ਉਹਨਾਂ ਲਈ ਇੱਜ਼ਤ ਨਾਲ ਜਿਵੇਂ ਕੰਬ ਰਹੀ ਸੀ ਉਹ ਉਹਨਾਂ ਨੂੰ ਜਾਣਦੀ ਸੀ ਉਹ ਨਹੀਂ ਸਨ ਜਾਣਦੇ ਕਿ ਉਹ ਕਦੇ ਸ਼ਹਿਰ ਦੀ ਨਾਚੀ ਸੀ ਸ਼ਹਿਰ ਦੀ ਨੀਚ ਤੇ ਕਿਰਣ ਤਵਾਇਫ ਜੋ ਲੋਕਾਂ ਦੀਆਂ ਰੰਗਰਲੀਆਂ ਦਾ ਸਾਧਨ ਹੁੰਦੀ ਹੈ ਉਸ ਨੇ ਸੋਚਿਆ ਕਿ ਉਹ ਉਸ ਨੂੰ ਪਛਾਣਦੇ ਨੇ ਪਰ ਉਹ ਨਹੀਂ ਸਨ ਪਛਾਣਦੇ ਉਹ ਕਹਿਣ ਲੱਗੇ ਮਾਂ ਸਾਡੇ ਤੇ ਰਹਿਮ ਕਰੋ ਸਾਨੂੰ ਮੁਆਫ ਕਰੋ ਬਖਸ਼ੋ ਵਰ ਦੇਓ ਮਾਂ ਅਸੀਂ ਤੇਰੇ ਬੱਚੇ ਹਾਂ ਸਾਨੂੰ ਪਿਆਰ ਕਰੋ ਅਸਮਾਨ ਤੋਂ ਮੀਂਹ ਦੀ ਛੇਬਰ ਲਾ ਦਿਓ ਅੰਮ੍ਰਿਤਸਰ ਦੇ ਸ਼ਹਿਰ ਨੂੰ ਗਜ ਕਰ ਦਿਓ ਮਾਂ ਪਾਣੀ ਦੇ ਹੜ ਵਗਾ ਦਿਓ ਮੌਤ ਚਾਰ ਚਫੇਰੇ ਮੌਤੇ ਦਇਆ ਮਾਂ ਦਇਆ ਮੁਖੀ ਇਹ ਕਹਿਣ ਲੱਗੇ ਮੈਂ ਮੈਂ ਕੁਸੀ ਔਖੇ ਸਮੇਂ ਵਿੱਚ ਸ਼ਹਿਰ ਦੀ ਨਾਚੀ ਨੂੰ ਵੀ ਭੁੱਲ ਗਏ ਹੋ ਮੈਂ ਤਾਂ ਇੱਕ ਕਿਰਨਤ ਕਮਜ਼ਾਤ ਹਾਂ ਇੱਕ ਕਮਜ਼ੋਰ ਔਰਤ ਮੈਂ ਕੀ ਸਹਾਇਤਾ ਕਰ ਸਕਦੀ ਹਾਂ ਤੁਹਾਨੂੰ ਗਲਤੀ ਲੱਗੀ ਏ ਅੱਗੇ ਜਾਓ ਤੇ ਉਸ ਨੂੰ ਮਿਲੋ ਜੋ ਸ਼ਹਿਰੋਂ ਦੂਰ ਬਾਰ ਵਸਦਾ ਏ ਉਸ ਤੋਂ ਮਾਫੀ ਮੰਗੋ ਉਸ ਤੋਂ ਬੋਲਾਂ ਬਖਸ਼ਾਓ ਉਹ ਇੰਦਰ ਦੇਵਤਾ ਏ ਹਵਾ ਅਤੇ ਮੌਸਮ ਉਸਦੇ ਹੁਕਮ ਵਿੱਚ ਨੇ ਜਾ ਉਸ ਦੇ ਚਰਨਾਂ ਤੇ ਟੈਪ ਆਓ ਉਸ ਤੋਂ ਮੀਂਹ ਦੀ ਭੀਖ ਮੰਗੋ ਤੁਸੀਂ ਮੇਰੇ ਕੋਲ ਗਲਤੀ ਨਾ ਲਾ ਗਏ ਹੋ ਸ਼ਹਿਰ ਦੀ ਇੱਕ ਨਾਚੀਜ਼ ਨਾਚੀ ਕੋਲ ਉਸ ਬੁੱਢੀ ਔਰਤ ਨੇ ਕਿ ਉਸ ਦੀਆਂ ਅੱਖਾਂ ਖੁਸ਼ੀ ਨਾਲ ਅਤੇ ਸਵੈ ਆਨੰਦ ਦੇ ਸਦੀਵੀ ਤੇ ਬੇਰੋਖ ਖਾਂਜੂਆਂ ਨਾਲ ਤਰਸ ਮਾ ਸਾਨੂੰ ਉਸ ਨੇ ਭੇਜਿਆ ਏ ਤੁਹਾਡੇ ਕੋਲ ਦਇਆ ਕਰੋ ਮਾ ਤੁਸੀਂ ਅਤੇ ਉਹ ਇੱਕ ਹੀ ਹੋ ਮਾ ਵਰਦਾਨ ਦਿਓ ਤੁਹਾਡਾ ਹਿਰਦਾ ਮਾਂ ਦਾ ਹਿਰਦਾ ਏ ਅਸੀਂ ਤੁਹਾਡੇ ਬੱਚੇ ਤੁਹਾਡੇ ਸਾਹਮਣੇ ਮੀਂਹ ਲਈ ਵਿਰਲਾਪ ਕਰਦੇ ਹਾਂ ਸ਼ਹਿਰ ਦੇ ਮੁਖੀਆਂ ਨੇ ਕਿਹਾ ਉਹ ਸਾਰੇ ਸ਼ਹਿਰ ਦੇ ਆਦਮੀਆਂ ਔਰਤਾਂ ਮੁੰਡਿਆਂ ਕੁੜੀਆਂ ਤੇ ਬੱਚਿਆਂ ਨੂੰ ਬਾਹਰ ਹੀ ਖੁੱਲੀ ਥਾਂ ਲੈ ਗਈ ਅਸਮਾਨ ਸਾਫ਼ ਤੇ ਨੀਲਾ ਸੀ ਬੱਦਲ ਦਾ ਕਿਤੇ ਨਾ ਨਿਸ਼ਾਨ ਨਹੀਂ ਸੀ ਸੂਰਜ ਦੀ ਧੁੱਪ ਸਾਣਵੀ ਸੀ ਜੀਵਨ ਦਾਤੀ ਧੁੱਪ ਉਹਨਾਂ ਲਈ ਜ਼ਹਿਰ ਸੀ ਦਿਨ ਤੱਕ ਕੇ ਦੋਜ਼ਖ ਹੋ ਗਿਆ ਸੀ ਤੇ ਇਸ ਦੋਜ਼ਖ ਵਿੱਚੋਂ ਉਸ ਦਿਨ ਇੱਕ ਬੜੀ ਅਜੀਬ ਤਰ੍ਹਾਂ ਦੀ ਪ੍ਰਾਰਥਨਾ ਦੀ ਆਵਾਜ਼ ਉੱਠੀ ਉਹ ਅੰਮ੍ਰਿਤਸਰ ਦੇ ਵਾਸੀਓ ਮੈਂ ਅੰਮ੍ਰਿਤਸਰ ਦੀ ਨਾਚੀ ਹਾਂ ਮੇਰੇ ਕੋਲ ਕੋਈ ਸ਼ਕਤੀ ਨਹੀਂ ਕਿਉਂਕਿ ਉਸਨੇ ਹੁਕਮ ਦਿੱਤਾ ਹੈ ਇਸ ਲਈ ਮੈਂ ਦੱਸਦੀ ਹਾਂ ਜੇ ਤੁਸੀਂ ਸਾਰੇ ਇੱਕ ਮਨਜਿਤ ਹੋ ਕੇ ਗੁਰੂ ਨਾਨਕ ਦਾ ਨਾਮ ਲਵੋਗੇ ਤਾਂ ਹੁਣੇ ਮੀਵਰ ਭਵੇਗਾ ਤੁਸੀਂ ਨੁਚੜ ਦੇ ਘਰ ਜਾਵੋਗੇ ਤੁਹਾਡੇ ਖੇਤ ਨਕੋਂ ਨਕ ਪਰ ਜਾਣਗੇ ਗੁਰੂ ਮਹਾਨ ਹੈ ਉਹ ਸਰਬ ਸਮਰੱਥ ਹੈ ਸਰਬ ਸ਼ਕਤੀਮਾਨ ਹੈ ਉਹ ਅੰਮ੍ਰਿਤ ਸਰਵਾਸੀਓ ਕਹੋ ਤਨ ਗੁਰੂ ਨਾਨਕ ਅਤੇ ਕਹਿੰਦਿਆਂ ਉਸ ਆਪਣੀ ਅੱਖਾਂ ਬੰਦ ਕਰ ਲਈਆਂ ਉਸ ਦੇ ਮਗਰ ਸਾਰੀਆਂ ਅੱਖਾਂ ਬੰਦ ਹੋ ਗਈਆਂ ਸੈਂਕੜੇ ਗੱਲਿਆਂ ਵਿੱਚੋਂ ਇੱਕੋ ਸਮੇਂ ਆਵਾਜ਼ ਆਈ ਤਨ ਗੁਰੂ ਨਾਨਕ ਜਦੋਂ ਉਹਨਾਂ ਅੱਖਾਂ ਖੋਲੀਆਂ ਤਾਂ ਆਸਮਾਨ ਚਿੱਟੇ ਬਦਲਾਂ ਨੇ ਢੱਕਿਆ ਹੋਇਆ ਸੀ ਜਦੋਂ ਮਾਂ ਨੇ ਫਿਰ ਅੱਖਾਂ ਖੋਲੀਆਂ ਉਸਨੇ ਥੋੜਾ ਖਰਵੇ ਹੁੰਦਿਆ ਕਿਆ ਉਹ ਅੰਮ੍ਰਿਤਸਰ ਵਾਸੀ ਹੋ ਮੈਂ ਉਸ ਦਾ ਨਾਂ ਬੜਾ ਹੌਲੀ ਲੈਂਦੀ ਹਾਂ ਮੈਂ ਤਾਂ ਇੱਕ ਮਾਮੂਲੀ ਨਾਚੀ ਹਾਂ ਤੁਸੀਂ ਗੱਜ ਕੇ ਕਹੋ ਧੰਗੁਰੂ ਨਾਨਕ ਇਹ ਕਹਿੰਦਿਆਂ ਉਸ ਫਿਰ ਅੱਖਾਂ ਬੰਦ ਕਰ ਲਈਆਂ ਤੇ ਸਾਰੀਆਂ ਅੱਖਾਂ ਮੀਟੀਆਂ ਗਈਆਂ ਤੇ ਫਿਰ ਸੱਦ ਤੇ ਫਿਰ ਸਦ ਉਠੀ ਧੰ ਗੁਰੂ ਨਾਨਕ ਇਸ ਤਰ੍ਹਾਂ ਜਾਪਿਆ ਜਿਵੇਂ ਸਮੂਹ ਦੀ ਮਿਲਵੀਂ ਆਵਾਜ਼ ਨਾਲ ਆਕਾਸ਼ ਗੂੰਜ ਪਿਆ ਹੋਵੇ ਇਸ ਤਰ੍ਹਾਂ ਨਹੀਂ ਆਪਣੇ ਦਿਲਾਂ ਦੀ ਗਹਿਰਾਈ ਤੋਂ ਆਪਣੀ ਅੰਤਰ ਆਤਮਾ ਤੋਂ ਤੇ ਆਪਣੇ ਪੂਰੇ ਮਨ ਨਾਲ ਕਹੋ ਧੰ ਗੁਰੂ ਨਾਨਕ ਉਸ ਦੇ ਗੱਲੇ ਵਿੱਚੋਂ ਗਰਜ ਉਬਰੀ ਤੇ ਇਸ ਗਰਜ ਵਿੱਚੋਂ ਇਹੀ ਸੁਣਾਈ ਦਿੱਤਾ ਸੀ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਇਸ ਤਰ੍ਹਾਂ ਆਕਾਸ਼ ਗੂੰਜ ਉਠਿਆ ਸਾਰੇ ਲੋਕ ਅੰਮ੍ਰਿਤਸਰ ਦੀ ਵੀਰਾਨ ਤੇ ਰਕੜ ਧਰਤੀ ਤੇ ਬੈਠੇ ਸਨ ਤੇ ਮੀਂਹ ਪੈ ਰਿਹਾ ਸੀ ਬੱਦਲ ਗੱਜ ਰਹੇ ਸਨ ਬਿਜਲੀ ਚਮਕ ਰਹੀ ਸੀ ਤੇ ਹਰ ਦਿਲ ਦੀ ਧੜਕਣ ਕਹਿ ਰਹੀ ਸੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ